ਕਾਲੇ ਕੱਪੜਿਆਂ ਚ ਢੋਲਾ ਮਸ਼ਕੂਕ ਲੱਗਦਾ ਹੈ ਕਹਿੰਦਾ ਆਸ਼ਿਕ ਤੇ ਕਹਿੰਦਾ ਮਸ਼ਕੂਕ ਲੱਗਦਾ ਪਤਾ ਮਜ਼ੇ ਦੇ ਗਾਤੋ ਸੁਣਾਵਾ ਕਾਂ ਮਰੇ ਗੋੜੇ ਕੇ ਬੈਕ ਕੱਟ ਕਰ ਕੱਟ ਕਰ ਹਰ ਮਿਸਤਰੀ ਹੋ ਜਾ ਇਹ ਲੈ ਨਾ ਚੀ ਟੀਵੀ ਬਤਾ ਬਾਬਰ ਤੈ ਜਿੰਨੀ ਕੋਸ਼ਿਸ਼ ਕੀਤੀ ਹੈ ਮੈਂ ਆ ਰਹਾ ਹਾਂ ਬਸ ਪੂਰੀ ਨਾ ਸੀ ਜੀ ਅੱਧੇ ਵਾਲ ਅੱਧੇ ਅੱਧੇ ਥੋੜੀ ਜੀ ਬਾਬਰ ਨੂੰ ਆਂਦੇ ਪਹਿਲੇ ਲਾਵੇਂ ਇੱਕ ਵਾਲ ਬੱਤੇ ਭਾਈ ਅਸ ਯਾਰੇ ਫਰੈਸ਼ ਬਿਲਕੁਲ ਕਰ ਜਾਏ ਕਹਿ ਨਹੀਂ ਮਰੇ ਅੱਛਾ ਸਾਡੇ ਮਿਸਤਰੀ ਸਾਹਿਬ ਦਾ ਅੱਜ ਆਖਰੀ ਡੀ ਹੈ ਤੇ ਕਲੀਅਰ ਠੀਕ ਹੈ ਤੇ ਆ ਮਰੇ ਸ਼ਕਲ ਮੈਂ ਮੇ ਕੋ ਦਾਪ ਦੇ ਵੇ ਲੇਖਣ ਦੇ ਹਵਾ ਵਿੱਚ ਇੰਟਰ ਠੀ ਹੈ ਕੈਮਰਾ ਖੁੱਲਾ ਪਿਆ ਆਦੇ ਕਾਲੇ ਕੱਪੜਿਆਂ ਚ ਢੋਲਾ ਮਸ਼ਕੂਕ ਲੱਗਦਾ ਹੈ ਕਹਿੰਦਾ ਆਸ਼ਿਕ ਤੇ ਕਹਿੰਦਾ ਮਸ਼ਕੂਕ ਲੱਗਦਾ ਪਤਾ ਮਜ਼ੇ ਦੇਗਾ ਤੋ ਸੁਣਾਵਾ ਅੱਜ ਮੈਂ ਕਾਫੀ ਅਰਸੇ ਬਾਅਦ ਮੈਂ ਕਾਲਾ ਸੁੱਟ ਪਾਤੇ ਮੈਂ ਠੀਕ ਹੈ ਦੇ ਇਹ ਇਹਦਾ ਕੰਮ ਯਾਰ ਉਸਤਾਦ ਸਾਹਿਬ ਦਾ ਕਰ ਸਜੇ ਰਹਿਦਾ ਦੇ ਕੰਮ ਦੇ ਸੁਣ ਜ ਰਹਿਦਾ ਕਿਉਂਕਿ ਇਹ ਉਸਤਾਦ ਸਾਹਿਬ ਨੇ ਸਾਡੇ ਜਿਹੜਾ ਕਿਤੇ ਸੀ ਹਾ ਲਾ 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 ਇਹ ਇੱਕੋ ਤੁਮੂ ਦੇ ਲਾਵੇਂ ਇਹਦੇ ਨਾਲ ਸੋਨਾ ਸੀ ਇਹਦੇ ਨਾਲ ਕਿਥੀਆਂ ਦੇ ਸੋਨਾ ਪਹਿਲਾ ਦੇ ਸੋ ਪਹਿਲਾ ਦੇ ਸੋਰਾ ਥੀ ਹੁੰਦੇ ਸੋਰਾ ਸੋਹਣਾ ਸੋਹਣਾ ਬਿਊਟੀਫੁਲ ਆਈ ਨਹੀਂ ਲਵਿੰਦੀ ਲਾਇਕ ਕਾਫੀ ਕੋ ਸਿਲਾ ਨਾ ਮਤਲਬ ਕਲਾ ਮਰਦਾ ਸਿਲਾ ਨਾ ਮਰਦਾ ਹੈ ਸਹੀ ਤਰ੍ਹਾਂ ਨਜ਼ਰ ਆਦਾ ਲਾ 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 ਨਾ ਗੋਟੇ ਘਰ ਪਿਛਲੇ ਨਵੇਂ ਸਾਡੇ ਹੱਥ ਦੇ ਵਿੱਚ ਕੰਮ ਚੰਦਾ ਪਿਆ ਦਾ ਵੀ ਅਲਹਮਦੁਲਿਲਾ ਕੰਮ ਕੀ ਚੁੱਕੇ ਕਿਉਂਕਿ ਅਸੀਂ ਬਿਲਕੁਲ ਥੱਕ ਚੁੱਕੇ ਹਾਂ ਅਸਾਂ ਰੈਸਟ ਮਾਰੋ ਅੱਜ ਮਿਸਤਰੀ ਸਾਹਿਬ ਇਹਨਾਂ ਪਿੰਗ ਲੁੱਟੇ ਬਿਲਕੁਲ ਫਰੈਸ਼ ਤੇ ਨਾ ਪਏ ਦੇ ਅਸਾਂ ਕੇ ਚਲੋ ਜਵਾਨ ਨੂੰ ਘਾਦੀ ਉਹ ਜੱਲੇ ਮਿਸਤਰੀ ਪਹਿਲੇ ਵਾਕਰੀ ਨੂੰ ਆਪਣੇ ਥੱਪੀ ਦੇਖ ਪਈ ਆਏ ਆਏ ਜਿਹੜਾ ਕੁਝ ਕਰੇ ਤੇ ਉਹ ਬਸ ਕਰੋ ਯਾਰ ਬਸ ਕਰ ਹਾਂ ਠੀਕ ਹੈ ਚੱਲ ਅੰਮਾ ਸਰ ਬਾਹਰ ਅਸਾਂ ਰਾਤ ਥੱਕੇ ਉੱਠੇ ਚਿਰਕੇ ਗਿਆ ਤਾਂ ਸਾਡੀ ਇਹ ਦੁਕਾਨ ਦਾ ਜਿਹੜਾ ਸ਼ਟਲ ਤੋਂ ਮਾਰਿਆ ਪਿਆ ਰਹੇ ਕਿ ਲੇਕਿਨ ਜੰਦਰਾ ਕਹਿਣਾ ਮਾਰਿਆ ਪਿਆ ਕਲਾਕ ਜੀ ਕੋਲ ਹੈ ਅਤੇ ਮੇਰੇ ਤੇ ਖੈਰ ਅਲਹਮਦੁਲਿਲਾ ਮੋਬਾਈਲਾਂ ਦੁਕਾਨ 'ਤੇ ਮੈਂ ਉਹ ਜੰਦਰਾ ਮਾਰਦੇ ਗਿਆ ਕਲਾ ਉਹ ਲਾਕ ਸੋਰੀ ਕਲਾ ਘੜੀ ਕੋਲ ਲਾਕ ਲਾਕ ਮਾਰਦੇ ਗਿਆ ਲੇਕਿਨ ਇੱਕ ਮੈਂ ਕਹਿਣ ਲਾਇਆ ਬਸ ਵੱਲਾ ਮੇਰੇ ਨਸੀਬ ਦੀ ਗੱਲ ਚਵੀ ਅੱਜ ਕਾਲਾ ਜੋੜ ਆਪਾਂ ਸਾਡੀ ਫਰਮਾਇਸ਼ ਦੇ ਸਜੇ ਅੱਜ ਸਹਿ ਜਿਵੇਂ ਨਿਕਲਿਆ ਖੜੇ ਤਾਂ ਪੰਜ ਜੀ ਦਾ ਥਕੇੜਾ ਹੈ ਤਾਂ ਰੂਹ ਕਰਨ ਦਾ ਬੰਦਾ ਕਿਆ ਕਰੇ ਬੰਦ ਤੇ ਖੱਟ ਸਾਡੇ ਸੰਭਵ ਮੈਂ ਥਕੇੜਾ ਲਹਾਵੇ ਅਤੇ ਅੱਜ ਮੇਰੇ ਖੁਸ਼ੀ ਵੀ ਹੈ ਕਿਉਂਕਿ ਖੁਸ਼ੀ ਗੱਲ ਹੋਏ ਮਿਸਤਰੀ ਸਾਹਿਬ ਇਹਦਾ ਪੈਦਲ ਸਕੂਨ ਮਾਰੇ ਸੂ ਰੈਸਟ ਮਾਰੇ ਸੂ ਅਤੇ ਨੈਟ ਜੁੜਦੀ ਪਈ ਨੈਟ ਸਾਡੇ ਘਰ ਕਿਉਂ ਅੰਦਾਜ਼ਨ 15 ਕਿਲੋਮੀਟਰ ਜਲਾ ਮੋੜ ਦੂਰ ਹੈ ਅਤੇ ਬਸ ਸਾਧ ਪੁੱਛਦਾ ਬੈਠੇ ਇਹ ਬਾਬਰ ਤੋਂ ਵਜਾ ਨੇ ਭਿਜਣਾ ਪਿਆ ਮੈਂ ਕੋਈ ਨਾ ਆਪਾਂ ਨੈਟ 'ਤੇ ਚੜ੍ਹਦੇ ਪਏ ਨੈਟ 'ਤੇ ਟਰੈਕ ਹਾਂ ਚੱਲ ਕਲਿੱਪ ਕਰਕੇ ਹਾਂ ਖੈਰ ਪੈਗਾਮ ਬਾਬਰ ਤੈਂ ਜਿੰਨੀ ਕੋਸ਼ਿਸ਼ ਕੀਤੀ ਹੈ ਮੈਂ ਆ ਰਹਾ ਹਾਂ ਚਲੋ ਜੀ ਗੱਲ ਇਹਨੇ ਸਾਡਾ ਇਰਾਦਾ ਹੈ ਕਿ ਕੰਮ ਲੰਬਾ ਕਰਨ ਦਾ ਯਾਨੀ ਕਿ ਲੰਬਾ ਜ਼ਿਆਦਾ ਕਰਨ ਦਾ ਠੀਕ ਹੈ ਬਈ ਬਾਬਾ ਰੱਖੇ ਕੰਮ ਇਹਦੇ ਕੋਲ ਕਰਾਓ ਠੀਕ ਹੈ ਲੇਕਿਨ ਅਸਾਂ ਥੱਕ ਗਿਆ ਅਤੇ ਵੱਲ ਇਹ ਵੱਲ ਸੁਨੀਆ ਰਹਿੰਦਾ ਬੇ ਬਈ ਬਾਬਰ ਕੋਲ ਕਹਿੰਦਾ ਜਿਤਨੀ ਕੋਸ਼ਿਸ਼ ਕੀਤੀ ਹੈ ਕਿ ਮੈਂ ਉੱਥੇ ਕੰਮ ਤੇ ਲਾਵਾਂ ਦੀ ਲੇਕਿਨ ਨਹੀਂ ਅਬ ਮੈਂ ਆ ਰਹਾ ਹੂੰ ਅਬ ਤੁਮ ਹਮਕੋ ਆਤਾ ਦੇਖੋ ਠੀਕ ਹੈ
گھنٹے گھنٹے ڈیڑھ تک ان شاء اللہ آپ کے گھر تک پہنچ ویسی اڈا دی میں بات کروں گرم گرم دے نرم نرم دے سلکی سلکی دو اپنے دے لگدی پے تے چاسا دے حالی گھر نہیں پہنچا دے سگنل واپسی آ کے ٹینشن نہ کر چلو خیر اس ٹائم کھڑے ہیں جلا موڑ اڈے تے جان کو بائے بائے کرنے دے والا پروانہ گرم چائے نال آئے ہائے آئے ہائے اچھی بات پانی دا جے ایک ٹائم تے پر جے کو سرکی دے وارا دے بھائی مزے دی گل سنا موٹر سائیکل دے نال کہیو پلی سائیڈ دے میں سمجھ اٹیچ تھی کڑی دے میں پانی لاونے دے نال بیک کنے دے چائے وی لاتی پیونے ادھا گھنٹہ رہ گئے حالے میں بناونے کنڈے ٹوک کے سیٹ کرنے چائے پیونے تے بسم اللہ گھن میں دکان دی حالی صفائی کی تمی گیٹ اپ تھوڑا چینج کیتے میں ٹھیک ہے حالی دا تھوڑا کل میں فارش لوایا میں ٹھیک ہے پانی مارے میں چا دی جگہ دو حالی جے رہا دا اگلے وجہ میرے کو مہمان ہیں ٹھیک ہے حالی تھا کہ تھکن بسترے پین دے ٹھیک ہے یہ دیکھو لیکن کہے کہ حالی جتا کا ہونی میں سمجھ ایزی ہے انشاءاللہ ہن اپنے دکان دے سیٹ اپ کرنا ہے بالکل وی اے پی ہونی دے مال شال پین انشاءاللہ سامان سامان گٹ اپ کر دے ہا نا تے اور بھائی گالے کہ چاہے تا کو پوچھے میں پیونے تے ست بسم اللہ تے میں تا پیندا بے ہاں مزے دی گل سنا آیا ہے پکھا چلدا پے کیوں چلدا پے صرف مہین چائے دے مارو کے پکھا جلدی چلے اچھا تا کو والو تھی گڈے ٹکے بنا بڑو دے ول تو زمین تو تھی ملتے ہیں یا تو کو گڈے ٹکے بڑن جا وی شاید مل ونے موقع نہیں کہ کہیں ہو سی یا بال موبائل چلا سا یا کہیں چلا سا تھا اچھی ویور تک مزے دی گل سنا میں پانی لاوندا بھج پیا لیکن اے کھالا سکا پے ڈٹھے وے اے بالکل کھالا سکا پے اے سکا پے ہن میں ابو کرنا کال کال کر گینا ول پوچھاں ابو پانی تک نہیں میں کوئی ملا دے کہ نہر سک گئی بڑا ابال ہم آئے تسلی نہیں کیتا چلو خیر ویسے میں تھکا ودا مس دی ہوشے نہیں جی چلو خیر اپ دا کر دے رہا تنا کچھ نہ خیر ابو نے رابطہ کیتے لیکن ابو نے کہ میں صبح ماڑی علی پل دو کراسیاں کہ نہر سکی پئی چلو خیر جی رہا کیونکہ خالج پانی کے نہیں دا مطلب ہے کہ نہر سک گئی ہے دے اپنی جان چھوٹ گئی ہے لیکن چھوٹنے کے اپنا نقصان ہے کہ فصلاں کے تے ہون جے رہدا سی او پانی دا ہونا لازمی ہے بس چلو خیر اللہ مہربانی کرے سی جے رہدا کوئی وسیلہ بنوے سی تو ہن میں دکان دے جس میں ٹوٹا پے پانچ دی مستری دے کھڑ کھڑ دے دا مزدور بنے کھڑا گیا مالک خود مزدور ہی خود چلو خیر دے باقی جے رہدا دکان دے کول ٹائم دے سوچ رہدا